ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੈਸਨ ਨੰਬਰ 5 ਸਾਡੇ ਲੈਸਨ ਦਾ ਨਾਮ ਹੈ ਦਾ ਸਟੋਰੀ ਆਫ ਮਾਈ ਲਾਈਫ ਤੇ ਸਭ ਤੋਂ ਪਹਿਲਾ ਕੁਐਸਚਨ ਹੈ ਬੇਟਾ ਇਹ ਥੀਮ ਲਿਖਣੀ ਹੈ ਤੇ ਅਨਸਰ ਪੜ੍ਹ ਲੈਣੇ ਆ ਦਾ ਚੈਪਟਰ ਦਾ ਸਟੋਰੀ ਆਫ ਮਾਈ ਲਾਈਫ ਪੈਂਡ ਡਾਊਨ ਬਾਈ ਹੈਲਨ ਕੈਲਨ ਇਟ ਆ ਬੇਸਡ ਔਨ ਦਾ ਥੀਮ ਡੈਟ ਈਵਨ ਹੈਂਡੀਕੈਪ ਪਰਸਨ ਕੈਨ ਲਰਨ ਐਨੀਥਿੰਗ ਪ੍ਰੋਵਾਈਡਡ ਦੇ ਆਰ ਗਿਵਿੰਗ ਪ੍ਰੋਪਰ ਗਾਈਡੈਂਸ ਲਵ ਐਂਡ ਸਿੰਪੈਥੀ ਕਹਿੰਦੇ ਨੇ ਕਿ ਇਸ ਜਿਹੜਾ ਚੈਪਟਰ ਹੈ ਇਹ ਚੈਪਟਰ ਹੈਲਨ ਗੈਲਨ ਦੁਆਰਾ ਲਿਖਿਆ ਗਿਆ ਹੈ ਤੇ ਇਹ ਇਸ ਆਧਾਰ ਤੇ ਲਿਖਿਆ ਗਿਆ ਹੈ ਕਿ ਇੱਕ ਜਿਹੜਾ ਹੈਂਡੀਕੈਪਰਸਨ ਹੈ ਅਗਰ ਉਹਨੂੰ ਅੱਛੀ ਗਾਈਡੈਂਸ ਦਿੱਤੀ ਜਾਵੇ ਉਹਨਾਂ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ ਉਹਨਾਂ ਹਮਦਰਦੀ ਨਾਲ ਪੇਸ਼ ਆਇਆ ਜਾਵੇ ਤੇ ਇਹੋ ਜਿਹਾ ਬੰਦਾ ਵੀ ਬਹੁਤ ਕੁਝ ਜਿੰਦਗੀ ਵਿੱਚ ਕਰ ਸਕਦਾ ਇਟ ਹੈਜ਼ ਬੀਨ ਐਕਸਪਲੇਨਡ ਬਾਏ ギਵਿੰਗ ਦਾ ਐਗਜ਼ਾਮਪਲ ਆਫ ਹੈਲਨ ਗੈਲਨ ਕਹਿੰਦੇ ਇਹ ਗੱਲ ਨੂੰ ਪ੍ਰੂਵ ਕੀਤਾ ਇਹ ਗੱਲ ਦੀ ਵਿਆਖਿਆ ਉਹਨਾਂ ਨੇ ਹੈਲਨ ਕੈਲਨ ਦੀ ਐਗਜ਼ੈਂਪਲ ਦੇ ਕੇ ਕੀਤੀ ਹੈ ਹਰ ਟੀਚਰ ਟਾਟ ਹਰ ਲਵਿੰਗਲੀ ਐਂਡ ਸ਼ੀ ਲਰਨ ਨਿਊ ਵਰਡ ਕਹਿੰਦੇ ਕਿ ਉਹਦੀ ਟੀਚਰ ਨੇ ਉਹਦੇ ਨਾਲ ਬਹੁਤ ਹੀ ਅੱਛਾ ਤਰੀਕੇ ਨਾਲ ਉਹਨੂੰ ਪਿਆਰ ਨਾਲ ਸਮਝਾਇਆ ਤੇ ਉਹਨੇ ਬਹੁਤ ਸਾਰੇ ਵਰਡ ਜਿਹੜੇ ਨਵੇਂ ਸਿੱਖੇ ਇਨ ਸ਼ਾਰਟ ਵੀ ਕੈਨ ਸੀ ਇਟ ਥੈਟ ਨਾਥਿੰਗ ਇਜ਼ ਇੰਪੋਸੀਬਲ ਫੋਰ ਅ ਪਰਸਨ ਆਫ ਅ ਸਟਰੋਂਗ ਡੈਟਰਮੀਨੇਸ਼ਨ ਕਹਿੰਦੇ ਕਿ ਸ਼ੋਰਟ ਵਿੱਚ ਅਸੀਂ ਐ ਵੀ ਕਹਿ ਸਕਦੇ ਹਾਂ ਕਿ ਉਸ ਇਨਸਾਨ ਦੇ ਵਾਸਤੇ ਕੁਝ ਵੀ ਸਿੱਖਣਾ ਅਸੰਭਵ ਨਹੀਂ ਜਿਹਦੇ ਵਿੱਚ ਹਿੰਮਤ ਹੈਗੀ ਹੈ ਠੀਕ ਹੈ ਨੈਕਸਟ ਕੁਐਸ਼ਨ ਹੈ ਹੱਡਾ ਕੈਰੈਕਟਰ ਸਕੈਚ ਲਿਖਾਂਗੇ ਹੈਲਨ ਕੈਰਲਨ ਦਾ ਤੇ ਬੇਟਾ ਪੜ ਲੈਨੇ ਆ ਕਹਿੰਦਾ ਦਾ ਸਟੋਰੀ ਥਰੋਨ ਲਾਈਟ ਔਨ ਦਾ ਕਰੈਕਟਰ ਆਫ ਦਾ ਨਰੇਟਰ ਹੈਲਨ ਕੈਲਨ ਇਸ ਸਟੋਰੀ ਵਿੱਚ ਨਰੇਟਰ ਦੇ ਕਰੈਕਟਰ ਹੈਲਨ ਕੈਲਨ ਤੇ ਪ੍ਰਕਾਸ਼ ਪਾਇਆ ਗਿਆ ਹੈ ਸ਼ੀ ਬਿਕਮ ਬਲਾਈਂਡ ਐਂਡ ਡੈਫ ਵੈਨ ਸ਼ੀ ਵਾਸ ਓਨਲੀ 19 ਮੰਥ ਓਲਡ ਕਹਿੰਦੇ ਕਿ ਉਹ 19 ਤੇ ਬੋਲੀ ਹੋ ਗਈ ਜਦੋਂ ਉਹ ਸਿਰਫ 19 19 ਮਹੀਨਿਆਂ ਦੀ ਸੀ ਸ਼ੀ ਡਿਡ ਨੋਟ ਨਾਓ ਵਾਟ ਵਾਟ ਵਾਸ ਵਾਟ ਇਨ ਅ ਸਟੋਰੀ ਆਫ ਹਰ ਫੋਰ ਹਰ ਕਹਿੰਦੇ ਕਿ ਉਹ ਨੂੰ ਇਹ ਉਹ ਨਹੀਂ ਜਾਣਦੀ ਕਿ ਉਹਦੀ ਜ਼ਿੰਦਗੀ ਵਿੱਚ ਕੀ ਲਿਖਿਆ ਹੋਇਆ ਹੈ ਹਰ ਲਾਈਫ ਵਾਜ਼ ਲਾਈਕ ਡੈਟ ਆਫ ਅ ਸ਼ਿਪ ਵਿਦਆਉਟ ਟੇਰ ਅਡਰ ਕਹਿੰਦੇ ਕਿ ਉਹਦੀ ਲਾਈਫ ਇੱਕ ਸਮੁੰਦਰ ਵਿੱਚ ਇੱਕ ਸ਼ਿਪ ਦੀ ਤਰ੍ਹਾਂ ਹੀ ਜਿਹਦਾ ਕੋਈ ਪਤਵਾਰ ਨਹੀਂ ਸੀ ਠੀਕ ਹੈ ਜੇ ਇਸ ਸਮੁੰਦਰ ਵਿੱਚ ਚੱਲ ਰਹੀ ਸ਼ਿਪ ਜਿਹੜੀ ਕਿਸ਼ਤੀ ਹੈ ਉਹਦੇ ਵਿੱਚ ਕੋਈ ਪਤਵਾਰ ਨਾ ਬੈਠਾ ਹੋਏਗਾ ਉਹਨੂੰ ਡਾਇਰੈਕਸ਼ਨ ਦੇਣ ਵਾਲਾ ਤੇ ਉਹ ਜਿਹੜੀ ਕਿਸ਼ਤੀ ਉਹ ਡਾਵਾਂਡੋਲ ਹੁੰਦੀ ਹੈ ਉਸੇ ਤਰ੍ਹਾਂ ਉਹਦੀ ਲਾਈਫ ਸੀ ਠੀਕ ਹੈ ਨੈਸਟ ਕਹਿੰਦੇ ਮਿਸਿਸ ਮਿਸਿਸ ਸੂਲੇਵਨ ਹਰ ਟੀਚਰ ਪ੍ਰੋਵਾਈਡ ਸੋਰੀ ਪ੍ਰੂਵਡ ਅ ਟਰਨਿੰਗ ਪੁਆਇੰਟ ਇਨ ਹਰ ਲਾਈਫ ਕਹਿੰਦੇ ਕਿ ਉਹਦੀ ਜਿਹੜੀ ਟੀਚਰ ਹੈ ਸੂਲੇਵਨ ਉਹਨੇ ਉਹਦੀ ਜ਼ਿੰਦਗੀ ਨੂੰ ਜ਼ਿੰਦਗੀ ਦੇ ਨੂੰ ਨਵਾਂ ਮੋੜ ਦਿੱਤਾ ਤੇ ਉਹਦੀ ਜ਼ਿੰਦਗੀ ਵਿੱਚ ਜਿਹੜੀ ਕ੍ਰਾਂਤੀ ਪੈਦਾ ਕੀਤੀ ਠੀਕ ਹੈ ਕ੍ਰਾਂਤੀ ਲੈ ਕੇ ਆ ਗਈ ਉਹਨੂੰ ਸਿਖਾਇਆ ਉਹਨੂੰ ਬਹੁਤ ਕੁਝ ਉਹਨੇ ਸਿਖਾਇਆ ਠੀਕ ਹੈ ਸ਼ੀ ਲਰਨ ði ਮਿਸਟਰੀ ਆਫ ਲੈਂਗੁਏਜ ਐਂਡ ਮੈਨੀ ਨਿਊ ਵਰਡਸ ਕਹਿੰਦੇ ਕਿ ਉਹਨੇ ਭਾਸ਼ਾ ਦੇ ਰਹੱਸ ਬਾਰੇ ਉਹਨੂੰ ਦੱਸਿਆ ਤੇ ਬੜੇ ਨਵੇਂ-ਨਵੇਂ ਸ਼ਬਦ ਉਹਨੂੰ ਸਿਖਾਇਆ ਹਰ ਲਾਈਫ ਇਜ਼ ਅ ਸੋਰਸ ਆਫ ਇਨਸਪੀਰੇਸ਼ਨ ਫੋਰ ਆਦਰਸ ਕਹਿੰਦੇ ਕਿ ਇਸ ਤਰ੍ਹਾਂ ਉਹਦੀ ਜਿਹੜੀ ਜ਼ਿੰਦਗੀ ਸੀ ਦੂਜਿਆਂ ਦੇ ਵਾਸਤੇ ਪ੍ਰੇਰਣਾ ਦਾ ਸਰੋਤ ਬਣ ਗਈ ਠੀਕ ਹੈ ਨੈਕਸਟ ਹੈ ਕਹਿੰਦੇ ਡਿਸਕ੍ਰਾਈਬ ਦਾ ਨਰੇਟਰ ایکسپੀਰੀਅੰਸ ਵਿਦ ਦਾ ਟੀਚਰ ਹੁਣ ਨਰੇਟਰ ਦਾ ਜਿਹੜਾ ایکسپੀਰੀਅੰਸ ਰਿਹਾ ਆਪਣੀ ਟੀਚਰ ਨਾਲ ਉਹਨੂੰ ਡਿਸਕ੍ਰਾਈਬ ਕਰਨਾ ਹੈ ਹਰ ਅਨਸਰ ਹੈ ਮਿਸ ਸੁਲੀਵਨ ਦਾ ਨਰੇਟਰ ਟੀਚਰ ਕੇਮ ਟੂ ਦਾ ਨਰੇਟਰ ਹਾਊਸ ਇਨ ਦਾ ਮਾਰਚ 1887 ਕਹਿੰਦੇ ਕਿ ਜਿਹੜੀ ਮਿਸ ਸੁਲੇਵਾ ਨਹੀਂ ਜਿਹੜੀ ਕਿ ਨੇ ਰੇਟ ਦੇ ਟੀਚਰ ਉਹਨਾਂ ਦੇ ਘਰ ਮਾਰਚ 19 ਸੋਰੀ 1887 ਵਿੱਚ ਆਈ ਠੀਕ ਹੈ ਸ਼ੀ ਪਲੇਡ ਦਾ ਰੋਲ ਓਨ ਐਨ ਆਈਡੀਅਲ ਟੀਚਰ ਕਹਿੰਦੇ ਕਿ ਉਹਨੇ ਇੱਕ ਆਦਰਸ਼ ਟੀਚਰ ਹੋਣ ਦਾ ਰੋਲ ਅਦਾ ਕੀਤਾ ਭੂਮਿਕਾ ਨੁਭਾਈ ਨੈਕਸਟ ਕਹਿੰਦੇ ਸੀ ਇਮੀਡੀਐਂਟਲੀ ਬੀਗਨ ਟੂ ਟੀਚ ਹੈਲਨ ਟੂ ਕਮਿਊਨੀਕੇਟ ਕਹਿੰਦੇ ਕਿ ਉਹਨੇ ਜਲਦੀ ਹੀ ਹੈਲਨ ਨੂੰ ਗੱਲਬਾਤ ਕਰਨਾ ਭਾਸ਼ਾ ਮਤਲਬ ਗੱਲਬਾਤ ਕਰਨਾ ਜਾਂ ਭਾਸ਼ਾ ਨੂੰ ਸਿਖਾ ਦਿੱਤੀ ਠੀਕ ਹੈ ਕਿਸ ਤਰ੍ਹਾਂ ਹੀ ਬੋਲਦੇ ਆ ਉਹਨੂੰ ਸਿਖਾ ਦਿੱਤਾ ਕਿਸ ਤਰ੍ਹਾਂ ਉਹ ਕਮਿਊਨੀਕੇਸ਼ਨ ਕਿਉਂ ਬੋਲਦੇ ਤੇ ਹੈਗੇ ਨਹੀਂ ਹੈਲਨ ਕਹ ਲੈਣ ਠੀਕ ਹੈ ਅੰਨੀ ਤੇ ਅੰਨੀ ਵੀ ਤਾਂ ਬੋਲੀ ਵੀ ਹੀ ਠੀਕ ਹੈ ਤੇ ਇਸ ਕਰਕੇ ਉਹਨੂੰ ਉਹਨੇ ਉਹਨੂੰ ਦਿਖਾ ਦਿੱਤਾ ਕਿ ਇਸ ਤਰ੍ਹਾਂ ਉਹ ਕਮਿਊਨੀਕੇਸ਼ਨ ਕਰ ਸਕਦੀ ਹੈ ਕਿ ਇਹ ਦੂਜੇ ਨਾਲ ਠੀਕ ਹੈ ਸੀ ਸਪੈਲ ਦਾ ਵਰਡ ਡੋਲ ਔਨ ਹਰ ਹੈਂਡ ਉਹਨੇ ਕਿਸ ਤਰ੍ਹਾਂ ਸਿਖਾਇਆ ਉਹਨੇ ਉਹਦਾ ਹੱਥ ਫੜਿਆ ਤੇ ਉਹਦੇ ਤੇ ਆਪਣੀ ਫਿੰਗਰ ਨਾਲ ਡੋਲ ਸ਼ਬਦ ਸਪੈਲ ਕੀਤਾ ਪਹਿਲਾਂ ਉਹਨੇ ਡੀ ਕਿਤਨੀ ਸਪੈਲ ਵਾਈ ਤੇ ਫਿਰ ਉਹਨੇ ਓ ਵਾਈ ਤੇ ਫਿਰ ਡਬਲ ਐਲ ਵਾਈ ਠੀਕ ਹੈ ਫਿਰ ਉਹਨੂੰ ਪਤਾ ਲੱਗਿਆ ਕਿ ਏ ਡੋਲ ਲਿਖਿਆ she revealed to her the mystery of language fironu unne nu sikhaya ke bhasha da rahaso nu sikhaya ke har ik cheez jehdi hai har ik cheez da ke naam hunda te naam likhan vaste keh shabdan di zarurat hundi unne is cheez nu samjhaya helen kelone by the untiring effort and patience kende helen learned a lot kende ke ode an thak jede paryatan hi koshishan karke te ode sabar de karke helen kelone bahut kujh sikhya ਫਿਰ ਹੈਗਾ ਕਹਿੰਦੇ ਅਲਟੀਮੇਟਲੀ ਸ਼ੀ ਰੌਟ ਹਰ ਆਟੋਬਾਇਓਗ੍ਰਾਫੀ ਐਟ ਦਾ ਏਜ ਆਫ 22 ਕਹਿੰਦੇ ਕਿ ਉਹਦੇ ਯਤਨਾਂ ਦੇ ਕਰਕੇ ਉਹਦੇ ਪਿਆਰ ਨਾਲ ਡੀਲ ਕਰਨ ਦੇ ਕਰਕੇ ਹੀ ਉਹਨੇ ਜਿਹੜਾ ਮਤਲਬ ਜਲਦੀ ਹੀ ਕੀ ਕੀਤਾ ਕਿ ਉਹਨੇ ਆਪਣੀ ਆਟੋਬਾਇਓਗ੍ਰਾਫੀ ਆਪਣੀ ਜੀਵਨ ਕਥਾ ਜਿਹੜੀ 22 ਸਾਲ ਦੇ ਵਿੱਚ ਹੀ ਉਹਨੇ ਲਿਖ ਦਿੱਤੀ ਠੀਕ ਹੈ ਬੇਟਾ ਹਾਂ ਡਾ ਜਿਹੜਾ ਨੈਕਸਟ ਲੈਸਨ ਹੈ ਉਹ ਹੈਗਾ 6 ਦਾ ਟੂ ਜੈਂਟਲਮੈਨ ਜੈਂਟਲਮੈਨ ਆਫ ਵਿਡੋਨਾ ਤੇ ਬੇਟਾ ਇਹਦੇ ਵਿੱਚ ਕਰ ਲੈਣੇ ਆ ਟੂ ਜੈਂਟਲਮੈਨ ਆਫ ਵਿਰੋਨਾ ਦਾ ਪਹਿਲਾ ਕੁਐਸਚਨ ਹੈ ਕਰੈਕਟਰ ਸਕੈਚ ਲਿਖਣਾ ਦੋਨਾਂ ਬੱਚਿਆਂ ਦਾ ਜਿਹੜੇ ਕਿ ਇਸ ਕਹਾਣੀ ਵਿੱਚ ਮੁੱਖ ਪਾਤਰ ਨੇ ਇਸ ਤਰ੍ਹਾਂ ਹੀ ਆਂਸਰ ਪੜ੍ਹ ਲੈਣੇ ਆ ਕਹਿੰਦੇ ਦਾ ਵਾਇਸ menioned in the story ਆ ਨਿਕੋਲਾ ਐਂਡ ਜੁਕੋਪੋ ਕਹਿੰਦੇ ਕਿ ਇਸ ਕਹਾਣੀ ਵਿੱਚ ਦੋ ਬੱਚਿਆਂ ਦਾ ਜ਼ਿਕਰ ਹੋਇਆ ਹੈ ਦੋ ਲੜਕਿਆਂ ਦਾ ਜ਼ਿਕਰ ਹੋਇਆ ਹੈ ਜਿਨ੍ਹਾਂ ਵਿੱਚ ਜਿਹੜੇ ਕਿ ਨਿਕੋਲਾ ਐਂਡ ਜੁਕੋਪੋ ਹਨ ਦੇ ਆਰ ਬ੍ਰਦਰਸ ਇਹ ਦੋਨੇ ਭਰਾ ਨੇ ਦੇ ਆਰ ਔਰਫਨ ਉਹ ਦੋਨੇ ਅਨਾਥ ਨੇ ਠੀਕ ਹੈ ਨਿਕੋਲਾ ਦਾ ਐਲਡਰ ਇਨ 13 ਕਹਿੰਦੇ ਕਿ ਜਿਹੜਾ ਨਿਕੋਲਾ ਹੈ ਉਹ ਵੱਡਾ ਹੈ ਤੇ ਉਹ 13 ਸਾਲ ਦਾ ਹੈ ਯੂਕੋਪੋ ਇਜ਼ ਨੀਅਰਲੀ 12 ਤੇ ਉਹ ਜਿਹੜਾ ਯੂਕੋਪੋ ਹੈ ਉਹ ਲਗਭਗ 12 ਸਾਲਾਂ ਦਾ ਠੀਕ ਹੈ ਨੈਕਸਟ ਕਹਿੰਦੇ ਦੇ ਹੈਵ ਸੈਲ ਰਿਸਪੈਕਟ ਉਹ ਆਤਮ ਸਮਾਨ ਨਾਲ ਭਰੇ ਹੋਏ ਹਨ ਦੇ ਵਰਕ ਫਰਮ ਮੋਰਨ ਟਿਲ ਈਵ ਫੋਰ ਦਾ ਟ੍ਰੀਟਮੈਂਟ ਆਫ ਥੀਅਰ ਸਿਸਟਰ ਕਹਿੰਦੇ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੈਸੇ ਕਮਾਉਂਦੇ ਨੇ ਕਿ ਤਾਂ ਜੋ ਆਪਣੀ ਸਿਸਟਰ ਦਾ ਇਲਾਜ ਕਰਵਾ ਸਕਣ ਦੇ ਸੈਲ ਨਿਊਜ਼ਪੇਪਰ ਫਰੂਟ ਪਾਲਿਸ਼ ਸ਼ੂਜ਼ ਕਹਿੰਦੇ ਕਿ ਉਹ ਨਿਊਜ਼ਪੇਪਰ ਵੀ ਵੇਚਦੇ ਨੇ ਫਰੂਟ ਵੀ ਤੇ ਪਾਲਿਸ਼ ਸ਼ੂਜ਼ ਵੀ ਕਰਦੇ ਨੇ ਦੇ ਆਰ ਦਾ ਸਿੰਬਲ ਆਫ ਸੈਕਰੀਫਾਈ ਕਹਿੰਦੇ ਉਹ ਤੇ ਕੁਰਬਾਨੀ ਦਾ ਇੱਕ ਚਿੰਨ ਨੇ ਠੀਕ ਹੈ ਦੇ ਆਰ ਐਲਡਰ ਬ੍ਰਦਰ ਸੌਰੀ ਆਈਡਲ ਬ੍ਰਦਰ ਕਹਿੰਦੇ ਕਿ ਉਹ ਦਰਸ਼ ਪ੍ਰਾਣ ਨੇ ਦੇ ਹੈਵ ਐਨ ਇਨਡੇਲੀ ਇਨਡੇਲੀਬਲ ਇਮਪ੍ਰੈਸ਼ਨ ਔਨ ਆਰ ਮਾਈਂਡਸ ਕਹਿੰਦੇ ਕਿ ਇਹ ਸਾਡੇ ਜਿਹੜੇ ਦਿਮਾਗ 'ਚ ਇੱਕ ਗਹਿਰੀ ਛਾਪ ਜਿਹੜੀ ਛੱਡ ਦਿੰਦੇ ਨੇ ਠੀਕ ਹੈ ਜਿਹਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਨੈਕਸਟ ਹੈ ਬੇਟਾ ਥੀਮ ਲਿਖਣੀ ਹੈ ਪਰਦੇ ਦਾ ਅਨਸਰ ਦਾ ਸਟੋਰੀ ਥਰੋ ਲਾਈਟ ਔਨ ਦਾ ਥੀਮ 댓 ਲਾਈਫ ਇਜ਼ ਚੈਲੰਜ ਐਂਡ ਵੀ ਮਸਟ ਫੇਸ ਇਜ਼ ਬੋਡਲੀ ਕਹਿੰਦੇ ਇਹ ਜਿਹੜੀ ਸਟੋਰੀ ਹੈ ਕਹਿੰਦੇ ਇਸ ਚੀਜ਼ ਤੇ ਲਾਈਟ ਪਾਉਂਦੀ ਹੈ ਕਿ ਜਿਹੜੇ ਲਾਈਫ ਹੈ ਇੱਕ ਚੈਲੰਜ ਜਾਂ ਚੁਣੌਤੀ ਹੈ ਤੁਹਾਨੂੰ ਇਹਦਾ ਸਾਹਮਣਾ ਕਰਨਾ ਚਾਹੀਦਾ ਹੈ ਬੜੀ ਬਹਾਦਰੀ ਨਾਲ ਓਨਲੀ ਵੈਨ ਵੀ ਕੈਨ ਅਚੀਵ ਨਿਊ ਹਾਈਟ ਇਨ ਦਾ ਲਾਈਫ ਕਹਿੰਦੇ ਕਿ ਜੇ ਅਸੀਂ ਬਹਾਦਰ ਹੋ ਕੇ ਹਰ ਮੁਸੀਬਤ ਦਾ ਸਾਹਮਣਾ ਕਰਾਂਗੇ ਤਾਂ ਫੇਰ ਹੀ ਜੀਵਨ ਦੀਆਂ ਉਚਾਈਆਂ ਨੂੰ ਪ੍ਰਾਪਤ ਕਰ ਸਕਾਂਗੇ ਦਾ ਟੂ ਬॉय ਵਰਕ ਫਰੋਮ ਡਾਊਨ ਟੂ ਡੈਸ਼ ਕਹਿੰਦੇ ਕਿ ਦੋਨੇ ਬੱਚੇ ਜਿਹੜਾ ਲਗਾਤਾਰ ਵੋ ਕੰਮ ਕਰਦੇ ਰਹਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਨੇ ਦੇ ਡੋਟ ਕੰਪਲੇਨਡ ਐਟ 올 ਕਹਿੰਦੇ ਉਹਨਾਂ ਨੇ ਕਦੇ ਵੀ ਸ਼ਿਕਾਇਤ ਨਹੀਂ ਕੀਤੀ ਕਿ ਹਾਡ ਨਾ ਰੱਬ ਨੇ ਆ ਕਿਰਤਾ ਹੀ ਬੜੇ ਦੁਖੀ ਹਾਂ ਢਕੋਇਆ ਨਹੀਂ ਹੈਗਾ ਕਹਿੰਦੇ ਉਹਨਾਂ ਨੇ ਕਦੇ ਇਸ ਚੀਜ਼ ਦੀ ਸ਼ਿਕਾਇਤ ਨਹੀਂ ਕੀਤੀ ਦੇ ਵਰਕ ਹਾਰਡ ਫੋਰ ਦਾ ਟਰੀਟਮੈਂਟ ਆਫ देयर सिਸਟਰ ਹੂ ਇਜ਼ ਸਫਰਿੰਗ ਫ্রম ਟੀਬੀ ਆਫ ਦਾ ਸਪਾਈਨ ਕਹਿੰਦੇ ਕਿ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤੇ ਆਪਣੀ ਸਿਸਟਰ ਵਾਸਤੇ ਪੈਸਾ ਕਮਾਉਂਦੇ ਉਹਦੇ ਲਾਜ ਵਾਸਤੇ ਪੈਸਾ ਕਮਾਉਂਦੇ ਨੇ ਜਿਹੜੀ ਕਿ ਟੀਵੀ ਤੋਂ ਮਤਲਬ ਪੀੜਿਤ ਹੈ ਇਟ ਇਸ ਅ ਬੈਸਟ ਐਗਜ਼ੈਂਪਲ ਆਫ ਦਾ ਫਰਾਟਰਨਰ ਲਵ ਕਹਿੰਦੇ ਕਿ ਇਹ ਉਹਨਾਂ ਦੀ ਮਤਲਬ ਐਗਜ਼ੈਂਪਲ ਅੱਛੇ ਚੰਗੇ ਪਿਆਰ ਦੀ ਉਦਾਹਰਣ ਹੈ ਇਟ ਇਟ ਇਸ ਹੂ 멘ਟਲੀ ਟੂ ਡੂ ਸੈਲਫਿਸ਼ ਸਰਵਿਸ ਕਹਿੰਦੇ ਕਿ ਉਹ ਹਾਨੂੰ ਸਿਖਾਉਂਦੇ ਨੇ ਕਹਿੰਦੇ ਕਿ ਉਹ ਹਾਨੂੰ ਸਿਖਾਉਂਦੇ ਨੇ ਸਾਨੂੰ ਕਿ ਸਿੱਖਣਾ ਮਿਲਦਾ ਹੈ ਕਿ ਜਿਹੜਾ ਮਾਨਵਤਾ ਨੂੰ ਬਿਨਾਂ ਸਵਾਰਥ ਵੀ ਸੇਵਾ ਕਰਨਾ ਜਿਹੜਾ ਮਤਲਬ ਇਹ ਚੀਜ਼ ਨੂੰ ਸਿਖਾਉਂਦੇ ਨੇ ਕਿ ਮਾਨਵਤਾ ਨੂੰ ਬਿਨਾਂ ਸਵਾਰਥ ਤੋਂ ਸੇਵਾ ਕਿਸਰਾ ਕਰਨੀ ਕਰਨੀ ਚਾਹੀਦੀ ਹੈ ਮਾਨਵਤਾ ਦੀ ਠੀਕ ਹੈ ਉਹਨਾਂ ਵਿੱਚ ਕੋਈ ਸੈਲਫਿਸ਼ ਭਾਵਨਾ ਨਹੀਂ ਹੈ ਨਾਸਰ ਦਾ ਕੁਸ਼ਨ ਆ ਕਹਿੰਦੇ एक्सप्लेन ਇਨ ਬਰੀਫ ਦਾ ਕੰਡੀਸ਼ਨ ਇਨ ਵਿੱਚ ਦਾ ਟੂ ਬாய் ਗ로우 ਅਪ ਕਹਿੰਦੇ ਕਿ ਹੁਣ ਅਸੀਂ ਉਹ ਜਿਹੜਾ ਪੋ ਜਿਹੜਾ ਪੋਜੀਸ਼ਨ ਨੂੰ ਐਕਸਪਲੇਨ ਕਰਨਾ ਜਿਹਦੇ ਵਿੱਚ ਇਹ ਦੋਨੇ ਬੱਚੇ ਵੱਡੇ ਹੋਏ ਨੇ ਜਵਾਨ ਹੋਏ ਨੇ ਬਚਪਨ ਦੇ ਲੈ ਕੇ ਹੁਣ ਤੱਕ ਜਵਾਨ ਹੋਏ ਨੇ ਹਾ ਦਾ ਆਨਸਰ ਹੈ ਦਾ ਟੂ ਬੋਇਸ ਆਰ ਔਰਫਨ ਦੋਨੇ ਬੱਚੇ ਜਿਹੜੇ ਅਨਾਥ ਨੇ ਦੇ ਵਾਰ ਹੋਮਲੈਸ ਐਂਡ ਪੈਨਿਲਸ ਦੋਨੇ ਹੀ ਕਰਤੋ ਬਿਨਾ ਨੇ ਠੀਕ ਹੈ ਤੇ ਪੈਸੇ ਤੋਂ ਵੀ ਬਿਨਾ ਨੇ ਦੇ ਵਰਕਡ 올 ਟਾਈਪ ਆਫ ਆਡ ਜੋਬ ਫਰਮ ਡਾਊਨ ਟੂ ਡਾਰਕਸ ਫॉर द ਟਰੀਟਮੈਂਟ ਆਫ देयर सिਸਟਰ ਕਹਿੰਦੇ ਕਿ ਉਹ ਹਰ ਤਰ੍ਹਾਂ ਦਾ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਤਰ੍ਹਾਂ ਦਾ ਕੰਮ ਕਰਦੇ ਨੇ ਤਾਂ ਜੋ ਪੈਸੇ ਇਕੱਠੇ ਕਰ ਜਾਣ ਤਾਂ ਆਪਣੇ ਭੈਣ ਦਾ ਜਿਹੜਾ ਇਲਾਜ ਕਰ ਸਕਣ ਅੱਗੇਗਾ ਬਟ ਦੇ ਡਿਡ ਨਾਟ ਲੂਜ਼ ਕਰਜ਼ ਐਟ ਆਲ ਕਹਿੰਦੇ ਕਿ ਇੱਕ ਹੁੰਦੇ ਹੋਏ ਵੀ ਮਤਲਬ ਇਨਾ ਕੰਮ ਕਰਦੇ ਹੋਏ ਵੀ ਸਫਰਿੰਗ ਕਰਦੇ ਹੋਏ ਵੀ ਦੁੱਖ ਤਕਲੀਫ ਸਹਿੰਦੇ ਹੋਏ ਵੀ ਉਹ ਆਪਣਾ ਹੌਂਸਲਾ ਨਹੀਂ ਛੱਡਦੇ ਵਾਰ ਹੈਡ ਰਨ देयर ਲਿਵਜ਼ ਕਹਿੰਦੇ ਕਿ ਉਹ ਜਿਹੜਾ ਜੁੱਧ ਹੋਇਆ ਸੀ ਉਹਨਾਂ ਨੇ ਉਹਨਾਂ ਦਾ ਘਰ ਬਾਹਰ ਤਬਾਹ ਕਰ ਦਿੱਤਾ ਬਟ ਦੇ ਵਰ ਸੈਲ ਰਿਸਪੈਕਟਿੰਗ ਪਰ ਉਹਨਾਂ ਦੇ ਵਿੱਚ ਜਿਹੜਾ ਆਤਮ ਸਮਾਨ ਜਿਹੜਾ ਆਤਮ ਸਨਮਾਨ ਹੀ ਉੱਪਰ ਆਇਆ ਮਤਲਬ ਉਹ ਸੈਲਰੀ ਸਪੈਕਟਰਾਂ ਪਰੇ ਹੋਏ ਨੇ ਦੇ ਡਿਡ ਨੋਟ ਬਿਲੀਵ ਇਨ ਦਾ ਬਿਗ ਬੈਗਿੰਗ অর ਬੋਰਿੰਗ ਕਹਿੰਦੇ ਉਹਨਾਂ ਦਾ ਜਿਹੜਾ ਮੰਗਣ ਵਿੱਚ ਤੇ ਉਧਾਰ ਲੈਣ ਵਿੱਚ ਵਿਸ਼ਵਾਸ ਨਹੀਂ ਹੈ ਨੈਕਸਟ ਹੈ ਕਹਿੰਦੇ ਦੇਅਰ ਸੈਕਰੀਫਾਈ ਸਿਂਸੇਰਿਟੀ ਐਂਡ ਡਿਵੋਸ਼ਨ ਟੂ ਕੌਜ਼ ਲੀਵ ਐਨ ਇੰਡੀਬਲ ਇਮਪ੍ਰਿੰਟ ਔਨ ਦਾ ਮਾਈਂਡ ਆਫ ਦਾ ਰੀਡਰ ਕਹਿੰਦੇ ਕਿ ਉਹਨਾਂ ਦਾ ਸਕਰੀਫਾਈ ਮਤਲਬ ਉਹਨਾਂ ਦੀ ਕੁਰਬਾਨੀ ਔਰ ਸਿਨਸਿਅਰਿਟੀ ਮਤਲਬ ਉਹਨਾਂ ਦੇ ਕੰਮ ਦੇ ਪ੍ਰਤੀ ਲਗਨ ਤੇ ਡਿਵੋਸ਼ਨ ਮਤਲਬ ਉਹਨਾਂ ਦੀ ਸ਼ਰਧਾ ਜਿਹੜੀ ਹੈ ਉਹ ਪੜਨ ਵਾਲੇ ਦੇ ਦਿਮਾਗ ਤੇ ਇੱਕ ਗਹਿਰੀ ਛਾਪ ਛੋੜ ਦਿੰਦੀ ਹੈ ਠੀਕ ਹੈ ਇਸ ਤਰ੍ਹਾਂ ਸਾਡੇ ਜਿਹੜੇ ਬੱਚਾ ਦੋ ਲੈਸਨ ਹੋ ਗਏ ਨੇ ਮਤਲਬ ਸਾਡੇ ਐ 5th ਦੋ ਹੋ ਗਏ ਨੇ ਮਤਲਬ ਪਹਿਲਾਂ ਹੀ ਕੀਤੇ ਸੀ ਤੇ ਹੁਣ ਇਹ ਕਰ ਲਏ ਨੇ ਮਤਲਬ ਤਿੰਨ ਛੇ ਲੈਸਨ ਕੰਪਲੀਟ ਨੇ ਤੇ ਇਸ ਤੋਂ ਬਾਅਦ ਸਾਡੇ ਰਹਿ ਜਾਣੇ ਨੇ ਥੋੜੇ ਲੈਸਨ ਤੇ ਕੱਲ ਅਹੀ ਕਰਾਂਗੇ ਆਪਣਾ ਗ੍ਰਾਮਰ ਵਰਕ ਸਟਾਰਟ ਦੇ ਨਾਲ ਹੀ ਮੈਂ ਤੁਹਾਨੂੰ ਇਹਦਾ ਪੀਡੀਆ ਭੇਜ ਦਾਂਗੀ ਸੋ ਇਹਨਾਂ ਨੂੰ ਨਾਲ-ਨਾਲ ਧਿਆਨ ਨਾਲ ਕਰਦੇ ਜਾ ਤਾਂ ਜੋ ਹੁਣ ਪੇਪਰਾਂ 'ਚ ਕੋਈ ਮੁਸ਼ਕਲ ਨਾ ਹੋਵੇ ਠੀਕ ਹੈ ਬੇਟਾ ਮਿਲਦੇ ਆ ਨੈਕਸਟ ਵੀਡੀਓ 'ਚ ਟੇਕ ਕੇਅਰ